ਪ੍ਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸਤਵੇਂ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਹਰ राय ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਮੂਹ ਸੰਗਤ ਜਿੰਨੇ ਵੀ ਸੰਗਤ ਅੰਮ੍ਰਿਤ ਵੇਲ ਦੇ ਦੀਵਾਨ ਵਿੱਚ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਦਾ ਹੀ ਮਾਨ ਹੈ ਸਮੂਹ ਸੰਗਤਾਂ ਨੂੰ 7ਵੇਂ ਪਾਤਸ਼ਾਹ ਗੁਰੂ ਹਰ राय ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਗੁਰੂ ਹਰ राय ਮਹਾਰਾਜ ਦਾ ਪ੍ਰਕਾਸ਼ ਸਨ 1630 ਵਿੱਚ 2 ਜਨਵਰੀ 1630 ਵਿੱਚ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਕਿਰਤਪੁਰ ਸਾਹਿਬ ਦੇ ਪਾਵਨ ਸਥਾਨ ਤੇ ਕਿਉਂਕਿ ਧੰਤਨ ਗੁਰੂ ਹਰਗੋਬਿੰਦ ਮਹਾਰਾਜ ਜੀ 6ਵੇਂ ਪਾਸ਼ਾ ਦੇ ਦਾਦਾ ਜੀ ਲੱਗਦੇ ਹ ਗੁਰੂ ਹਰਗੋਬਿੰਦ ਮਹਾਰਾਜ ਦੇ ਪੰਜ ਸੁਪੁੱਤਰ ਨੇ ਬਾਬਾ ਸੂਰਜਮਲ ਬਾਬਾ ਆਣੀ ਰਾਏ ਬਾਬਾ ਟਲ ਰਾਏ ਤੇ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਸੀ ਫਿਰ ਬਾਬਾ ਸੂਰਜਮਲ ਬਾਬਾ ਆਣੀ ਰਾਏ ਬਾਬਾ ਟਲ ਰਾਏ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਇੱਕ ਤੀ ਮਹਾਰਾਜ ਦੀ ਬੀਬੀ ਵੀਰੋ ਜਿਹੜੀ 10ਵੇਂ ਪਾਸ਼ਾ ਦੀ ਭੂਆ 6ਵੇਂ ਪਾਸ਼ਾ ਦੀ ਧੀ 5ਵੇਂ ਪਾਸ਼ਾ ਦੀ ਪੋਤਰੀ 4ਥੇ ਪਾਸ਼ਾ ਦੀ ਪਰਪੋਤੀ ਬੀਬੀ ਵੀਰੋ ਸਭ ਤੋਂ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਸੀ 6ਵੇਂ ਪਾਸ਼ਾ ਤੇ ਬਾਬਾ ਗੁਰਦਤਾ ਜੀ ਨੂੰ ਕਿਰਤਪੁਰ ਸਹਿ ਵਿਖੇ ਮਾਰਨ ਨੇ ਭੇਜਿਤਾ ਓ ਵੀ ਦੱਸਦੇ ਨੇ ਇਤਿਹਾਸ ਕਰ ਕਿਰਤਪੁਰ ਜਿਹੜਾ ਵਸਦਾ ਹੈ ਬਾਬਾ ਗੁਰਦਿੱਤਾ ਜੀ ਦੇ ਨਾਂ ਤੇ ਵਸਦਾ ਹੈ। ਉਹਨਾਂ ਨੇ ਇਹ ਨਗਰ ਨੂੰ ਵਸਾਉਣ ਵਾਸਤੇ ਆਪਣੇ ਹੱਥੀ ਮੋਢੀ ਗੱਡੀ ਕਹਿੰਦੋ ਭਾਵ ਗੁਰੂ ਹਰ Rai ਮਹਾਰਾਜ ਦੇ ਸਤਕਾਰਯੋਗ ਪਿਤਾ ਬਾਬਾ ਗੁਰਦਿੱਤਾ ਜੀ ਕਿਰਤਪੁਰ ਸਾਹਿਬ ਰਹਿੰਦੇ ਸੀ। ਜਦੋਂ ਕਿਰਤਪੁਰ ਰਹਿੰਦੇ ਸੀ ਕਿਰਤਪੁਰ ਨਿਵਾਸ ਕਰਦਿਆਂ ਬੜੀ ਸੰਗਤ ਜੁੜੀ ਹੋਈ ਸੀ ਸੰਗਤਾਂ ਵਿੱਚ ਬੜਾ ਸਤਕਾਰ ਸੀ ਬਾਬਾ ਗੁਰਦਿੱਤਾ ਜੀ ਦਾ ਕਿਉਂਕਿ ਗੁਰੂ ਦੇ ਸੁਪੁੱਤਰ ਸੀ ਗੁਰੂ ਦੇ ਸਹਬਜ਼ਾਦੇ ਸੀ ਇੰਨਾ ਕੋ ਸਤਕਾਰ ਸੀ ਬਹੁਤ ਸੰਗਤ ਰੋ ਜਾ ਕੇ ਨਮਸਕਾਰਾਂ ਕਰਦੀ ਕਿਉਂਕਿ ਬਾਬਾ ਗੁਰਦਿੱਤਾ ਜੀ ਦੀ ਅਜਮਤ ਵੀ ਸੰਗਤ ਨੇ ਵੇਖੀ ਸੀ ਵਾੜੀਆਂ ਦੀ ਗਾਂ ਮਰ ਗਈ ਸੀ ਜਦੋਂ ਸ਼ਿਕਾਰ ਖੜਨ ਗਏ ਉਹਨਾਂ ਨੇ ਬਹੁਤਾ ਹਟ ਕੀਤਾ ਸਾਡੇ ਗਾਂ ਜਿਉਂਦੀ ਕਰੋ ਇਸ ਤਰ੍ਹਾਂ ਵੀ ਲਿਖਦੇ ਨੇ ਇਤਿਹਾਸ ਕਰ ਬਾਬਾ ਗੁਰਦਿੱਤਾ ਜੀ ਦੇ ਨਾਲ ਸੀ ਜਿਹੜੇ ਸੇਵਾਦਾਰ ਸੇਵਕ ਉਹਨਾਂ ਕੋਲੋਂ ਭਲੇਖੇ ਨਾਲ ਗਾਂ ਮਰ ਗਈ ਸੀ ਦੋਸ਼ ਬਾਬਾ ਗੁਰਦਿੱਤਾ ਜੀ ਦੇ ਹੈ ਉਤਿਆ ਕਿਉਂਕਿ ਉਹਨਾਂ ਦੇ ਸੇਵਾਦਾਰ ਸੀ ਇਸ ਕਰਕੇ ਉਹਨਾਂ ਨੇ ਕਿਹਾ ਸਾਡੇ ਗਾਂ ਜਿਉਂਦੀ ਕਰੋਨੀ ਤਾਂ ਫਿਰ ਅਸੀਂ ਰਾਜੇ ਕੋਲ ਜਾ ਕੇ ਸ਼ਿਕਾਇਤ ਕਰਾਂਗੇ ਝਗੜਾ ਵਧੇਗਾ ਬਾਬਾ ਗੁਰਦਿੱਤਾ ਜੀ ਨੇ ਜਾਣਿਆ ਪਹਿਲਾਂ ਕਿਹਾ ਸੀ ਭੇਟਾ ਲੈ ਲਓ ਜਿੰਨੀ ਮਾਇਆ ਲੈਣੀ ਦੁੱਗਣੀ ਤਿਗਣੀ ਕੀਮਤ ਪਰ ਨਾ ਮੰਨੇ ਅਸੀਂ ਜ਼ਕਾਇਤ ਕਰਾਂਗੇ ਜਾਣੇ ਕਿਉਂ ਝਗੜਾ ਵਧਾਉਣਾ ਭਾਵੇਂ ਗੁਰਮਤਿ ਦੇ ਅਨੁਸਾਰ ਨਹੀਂ ਕਰਾਮਾਤ ਵਿਰੋਧ ਵਿੱਚ ਹੈ ਫਿਰ ਉੱਥੇ ਬਾਬਾ ਗੁਰਦਿੱਤਾ ਜੀ ਨੇ ਕਰਾਮਾਤ ਵਿਖਾਈ ਪਾੜੀਆਂ ਦੀ ਮਰੀਆਂ ਗਾਂ ਜਿਉਂਦੀ ਕਰ ਦਿੱਤੀ ਜਿਸ ਦੇ ਨਾਲ ਸੰਗਤਾਂ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪਿਆ ਇਸ ਕਰਕੇ ਉਹ ਬਾਬਾ ਗੁਰਦਿੱਤਾ ਜੀ ਸਨ ਜਿਹੜੇ ਗੁਰੂ ਦਾ ਅੱਜ ਪ੍ਰਕਾਸ਼ ਜਿਹੜਾ ਉਹਨਾਂ ਦੇ ਪਿਤਾ ਸੀ ਬਾਬਾ ਗੁਰਦਿੱਤਾ ਜੀ ਤੇ ਬਾਬਾ ਸ੍ਰੀ ਚੰਦ ਮਹਾਰਾਜ ਜਿਹਦੇ ਸਥਾਨ ਤੇ ਜਦੋਂ ਗਏ ਸੀ ਬਾਬਾ ਗੁਰਦਿੱਤਾ ਜੀ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਮਹਾਰਾਜ ਦੇ ਦਾਦਾ ਜੀ ਦੇ ਨਾਲ ਬਾਬਾ ਗੁਰਦਿੱਤਾ ਜੀ ਆਪਣੇ ਗੁਰੂ ਪਿਤਾ ਨਾਲ ਤਾਂ ਬਾਬਾ ਸ੍ਰੀ ਚੰਦ ਜੀ ਪੁੱਛਦੇ ਨੇ ਕਿੰਨੇ ਸੈਭਜਾਦੇ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦੇ ਬਖਸ਼ੇ ਹੋਏ ਆਪ ਜੀ ਦੇ ਬਖਸ਼ੇ ਪੰਜ ਸੈਭਜਾਦੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਸਾਡਾ ਕਿਹੜਾ ਉਸ ਵਕਤ ਗੁਰਦਿੱਤਾ ਜੀ ਨਾਲ ਸੀ ਬਾਬਾ ਗੁਰਦਿੱਤਾ ਜੀ ਕਹਿੰਦੇ ਨਾਲ ਨੇ ਕਹਿੰਦੇ ਹੀ ਸਾਨੂੰ ਦੇ ਦੋ ਉਦਾਸੀ ਦੇ ਅਗੇ ਜਾਨਸ਼ੀਨ ਗੁਰਤਾ ਗੱਦੀ ਤੇ ਬਹਿਣ ਵਾਲੇ ਬਾਬਾ ਸ੍ਰੀ ਚੰਦ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਹੋਏ ਹਨ ਗੁਰੂ ਹਰ राय ਮਹਾਰਾਜ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਹੋਇਆ ਬਾਬਾ ਗੁਰਦਿੱਤਾ ਜੀ ਦੇ ਘਰ ਪਿਤਾ ਨੇ ਬਾਬਾ ਗੁਰਦਿੱਤਾ ਜੀ ਮਾਤਾ ਨੇ ਮਾਤਾ ਨੱਤੀ ਜੀ ਜੀ ਪਾਵਨ ਕੋਖ ਤੋਂ ਅੰਮ੍ਰਿਤ ਵੇਲੇ ਗੁਰੂ ਹਰ राय ਮਾਰ ਦਾ ਪ੍ਰਕਾਸ਼ ਹੋਇਆ ਤੇ ਉਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਦਰਬਾਰ ਸਾਹਿਬ ਸੀ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਸਥਾਨ ਤੇ ਪਤਾ ਲੱਗਾ ਸਿੱਖਾਂ ਨੇ ਦੱਸਿਆ ਮਹਾਰਾਜ ਤੁਹਾਡੇ ਘਰ ਪੁੱਤਰਾ ਹੋਇਆ ਬਾਬਾ ਗੁਰਦਿੱਤਾ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਤੁਹਾਡਾ ਪੁੱਤਰਾ ਹੋਇਆ ਤੇ ਮਾਰੇ ਨੇ ਖੁਸ਼ੀ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਨੇ ਕੜਾ ਪ੍ਰਸ਼ਾਦ ਦੀ ਦੀਗ ਬਣਵਾਈ ਤੇ ਗੁਰੂ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਵਾਈ ਪੁੱਤਰੇ ਦੀ ਖੁਸ਼ੀ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਤੇ ਦਾਦਾ ਜੀ ਨੇ ਨਾਂ ਰੱਖਿਆ ਗੁਰੂ ਹਰ ਰਾਏ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਪੁੱਤਰੇ ਦਾ ਨਾਂ ਆਪ ਰੱਖਿਆ ਹਰ ਰਾਏ ਨਾਂ ਰੱਖਣਾ ਕਹਿੰਦੇ ਨੇ ਇਹ ਸਨੇਹਾ ਲਾਓ ਕਿ ਉਹਨਾਂ ਦਾ ਨਾਮ ਹਰ ਰਾਏ ਜੀ ਰੱਖਣਾ ਤੇ ਸਾਧ ਸੰਗ ਜੀ ਵੱਡੇ ਜਿਹੜੇ ਸਪੁੱਤਰ ਸੀ ਬਾਬਾ ਗੁਰਦਿੱਤਾ ਜੀ ਦੇ ਜائیں ਕਹ ਲਈ ਗੁਰੂ ਹਰਗੋਬਿੰਦ ਮਹਾਰਾਜ ਦੇ ਵੱਡੇ ਜਿਹੜੇ ਸਹਬਜਾਦੇ ਸੀ ਉਹ ਧੀਰਮਲ ਜੀ ਸੀ ਬੱਬਾ ਗੁਰਦਤਾ ਜੀ ਛੋਟੇ ਗੁਰੂ ਹਰ ਰਾਏ ਸੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਸੋ ਜਦੋਂ ਕੁਝ ਕੁ ਵਰਿਆਂ ਦੇ ਹੋਏ ਗੁਰੂ ਹਰ ਰਾਏ ਮਹਾਰਾਜ ਤੇ ਆਪਣੇ ਦਾਦਾ ਜੀ ਨਾਲ ਦਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਵੀ ਚਲੇ ਜਾਂਦੇ ਨੇ ਇਸ ਤਰ੍ਹਾਂ ਵੀ ਇਤਿਹਾਸ ਲੇਖਦਾ ਬਹੁਤਾ ਸਮਾਂ ਆਪਣੇ ਦਾਦੇ ਨਾਲ ਹੀ ਰੈਂਦੇ ਨੇ ਕਈ ਪੁੱਤऱ्यांना ਸ਼ੌਂਕ ਵੀ ਹੁੰਦਾ ਹੈ ਦਾਦੇ ਨਾਲ ਹੀ ਸੋਣਾ ਦਾਦੇ ਨਾਲ ਹੀ ਬੈਠਣਾ ਉੱਠਣਾ ਇਸ ਤਰ੍ਹਾਂ ਗੁਰੂ ਹਰਿ ਰਾਏ ਮਹਾਰਾਜ ਆਪਣੇ ਗੁਰੂ ਦਾਦਾ ਗੁਰੂ ਹਰਗੋਬਿੰਦ ਮਹਾਰਾਜ ਦੀ ਉਂਗਲ ਫੜ ਕੇ ਨਾਲ-ਨਾਲ ਚੱਲਦੇ ਕਦੇ ਪਿੱਛੇ-ਪਿੱਛੇ ਚੱਲਦੇ ਨੇ ਮਹਾਰਾਜ ਦਾ ਬਾਗ ਸੀ ਗੁਰੂ ਹਰਗੋਬਿੰਦ ਮਹਾਰਾਜ ਮਹਾਰਾਜ ਨੇ ਆਪ ਲਵਾਇਆ ਸੀ ਬਾਗ ਜਦੋਂ ਸਵੇਰ ਹੁੰਦੀ ਮਹਾਰਾਜ ਫਿਰ ਬਾਗ ਵਿੱਚ ਟਹਿਲਦੇ ਹੁੰਦੇ ਸੈਰ ਕਰਦੇ ਸੀ ਸੱਚੇ ਪਾਤਸ਼ਾਹ ਗੁਰੂ ਹਰ राय ਮਹਾਰਾਜ ਦੇ ਦਾਦਾ ਜੀ ਗੁਰੂ ਹਰ राय ਜੀ ਮਹਾਰਾਜ ਵੀ ਅੱਜ ਨਾਲ ਨੇ ਅੱਗੇ-ਅੱਗੇ ਦਾਦਾ ਜੀ ਚੱਲਦੇ ਨੇ ਗੁਰੂ ਹਰ ਗੋਬਿੰਦ ਮਹਾਰਾਜ ਜੀ ਪਿੱਛੇ-ਪਿੱਛੇ ਗੁਰੂ ਹਰ राय ਮਹਾਰਾਜ ਜੀ ਛੋਟੀ ਜੀ ਉਮਰ ਹੈ ਮਹਾਰਾਜ ਦੀ ਤੇ ਚੋਲਾ ਪਾਇਆ ਹੋਇਆ ਗੁਰੂ ਹਰ ਰਾਏ ਮਹਾਰਾਜ ਨੇ ਦਾਦਾ ਗੁਰੂ ਜੀ ਤਾਂ ਅੱਗੇ ਲੰਘ ਗਏ ਗੁਰੂ ਹਰਗੋਬਿੰਦ ਮਹਾਰਾਜ ਤੇ ਗੁਰੂ ਹਰ ਰਾਏ ਮਹਾਰਾਜ ਜੀ ਦਾ ਜਿਹੜਾ ਚੋਲਾ ਸੀ ਜਦੋਂ ਚੋਲਾ ਪਾਇਆ ਹੋਵੇ ਹਵਾ ਚੱਲਦੀ ਹੋਵੇ ਹਵਾ ਭਰ ਜਾਂਦੀ ਹੈ ਚੋਲਾ ਉੱਡਦਾ ਕਿਉਂਕਿ ਚੋਲਾ ਖੁੱਲਾ ਹੁੰਦਾ ਹੈ ਜਦੋਂ ਹਵਾ ਦਾ ਬੁੱਲਾ ਆਇਆ ਹਵਾ ਭਰ ਗਈ ਚੋਲੇ ਵਿੱਚ ਫੁੱਲ ਬੜੇ ਸੋਹਣੇ ਲੱਗੇ ਸੀ ਫੁੱਲਾਂ ਨਾਲ ਜਿਹੜਾ ਚੋਲਾ ਸੀ ਖਹਿ ਗਿਆ ਜਾਂ ਫਸ ਗਿਆ ਅੜ ਗਿਆ ਤੇ ਗੁਰੂ ਹਰਾਈ ਜੀ ਨੇ ਛੋਟੀ ਜਿਹੀ ਮਰਸ਼ ਇੱਕ ਦਮ ਖਿੱਚਿਆ ਜਦੋਂ ਖਿੱਚਿਆ ਤੇ ਫੁੱਲ ਵੀ ਝੜ ਗਏ ਫੁੱਲ ਝੜ ਗਏ ਉਦਾਸ ਹੋ ਗਏ ਕਿੰਨੇ ਸੋਹਣੇ ਲੱਗਦੇ ਫਏ ਸੀ ਹੁਣ ਟਾਣੀ ਨਾਲ ਟੁੱਟ ਗਏ ਨੇ ਮਰ ਜਾ ਗਏ ਆਪਾਂ ਨੂੰ ਸਿੱਖਿਆ ਵੀ ਏ ਗੁਰੂ ਨਾਲ ਟੁੱਟ ਜਾਈਏ ਇਸ ਤਰ੍ਹਾਂ ਜੀਵਨ ਹੋ ਜਾਂਦਾ ਜਿਵੇਂ ਫੁੱਲ ਟਾਣੀ ਨਾਲ ਟੁੱਟ ਜੇ ਮਰ ਜਾ ਜਾਂਦਾ ਗੁਰੂ ਹਰਗੋਬਿੰਦ ਮਹਾਰਾਜ ਪਿੱਛੇ ਦੇਖਦੇ ਨੇ ਬੈਠੇ ਨੇ ਮੇਰਾ ਪੁੱਤਰਾ ਬੈਠਾ ਉਦਾਸ ਹੈ ਕਿਉਂ ਦਾਸ ਹੋ ਮਹਾਰਾਜ ਇਹ ਫੁੱਲ ਟੁੱਟ ਗਏ ਤੇ ਕਹਨਗੇ ਕਿਵੇਂ ਟੁੱਟੇ ਨੇ ਫੁੱਲ ਕਹਿੰਦੇ ਦਾਦਾ ਗੁਰੂ ਜੀ ਮੇਰੇ ਜਾਮੇ 'ਚ ਜਦੋਂ ਹਵਾ ਦਾ ਬੁੱਲਾ ਲੱਗਾ ਇਹ ਟਾਣੀ ਵਿੱਚ ਫਸ ਗਿਆ ਮੇਰਾ ਜਾਮਾ ਚੋਲਾ ਇਸ ਕਰਕੇ ਮੈਂ ਦੇਖਿਆ ਨਹੀਂ ਚੋਲੇ ਨੂੰ ਖਿੱਚਿਆ ਫੁੱਲ ਟੁੱਟ ਗਏ ਕਹਿੰਦੇ ਜੇ ਜਾਮਾ ਪਾਈਏ ਸੰਭਾਲ ਕੇ ਰੱਖੀਏ ਜਾਮਾ ਪਾਈਏ ਚੋਲਾ ਸੰਭਾਲ ਕੇ ਰੱਖੀਏ ਇੱਕ ਸਿੱਖਿਆ ਸੀ ਬੜੀ ਵੱਡੀ ਜੇ ਇੰਨੀ ਸ਼ਕਤੀ ਦੇ ਮਾਲਕ ਹੋਈਏ ਪਾਵਰ ਦੇ ਮਾਲਕ ਹੋਈਏ ਸ਼ਕਤੀਆਂ ਦੇ ਮਾਲਕ ਹੋਈਏ ਬਿਨਾਂ ਮਤਲਬ ਤੋਂ ਨਾ ਵਰਤੀਏ ਕਿਸੇ ਨੂੰ ਤਕਲੀਫ ਨਾ ਦਈਏ ਉਹ ਜੋ ਸਾਨੂੰ ਸ਼ਕਤੀ ਮਿਲੀ ਹੈ ਜੋ ਪਾਵਰ ਮਿਲੀ ਹੈ ਜਾਂ ਅਹੁਦਾ ਰੰਕ ਮਿਲਿਆ ਹੈ ਉਹਦਾ ਇਸ ਤਰ੍ਹਾਂ ਇਸਤੇਮਾਲ ਨਾ ਕਰੀਏ ਕਿ ਕਿਸੇ ਨੂੰ ਤਕਲੀਫ ਹੋਵੇ ਸਾਡੀ ਸ਼ਕਤੀ ਨਾਲ ਸਾਡੇ ਬਲ ਨਾਲ ਸਾਡੇ ਜ਼ੋਰ ਨਾਲ ਸਮਝ ਗਏ ਗੁਰੂ ਹਰਗੋਬਿੰਦ ਮਾਰਨ ਨੇ ਦਾਦਾ ਗੁਰੂ ਜੀ ਨੇ ਸਿੱਖਿਆ ਦਿੱਤੀ ਇਤਿਹਾਸ ਕਹਿੰਦਾ ਹੈ ਕਿ ਸਾਰੀ ਉਮਰ ਪ੍ਰਣ ਕੀਤਾ ਗੁਰੂ ਹਰ राय ਮਹਾਰਾਜ ਸਾਰੀ ਉਮਰ ਤੇ ਜੰਮ ਦਮ ਆਪਣੇ ਜਾਮੇ ਨੂੰ ਫੜ ਲੈਂਦੇ ਸੀ ਜਦੋਂ ਆਉਂਦੇ ਸੀ ਬਾਗ ਦੇ ਵਿੱਚ ਸੈਰ ਕਰਦੇ ਸੀ ਉਹ ਦਾਦਾ ਗੁਰੂ ਜੀ ਦੀ ਗੱਲ ਪੱਲੇ ਬਣੀ ਪ੍ਰਣ ਕਰ ਲਿਆ ਸਾਰੀ ਉਮਰ ਵਾਸਤੇ ਉਸ ਤੋਂ ਬਾਅਦ ਵੱਡੇ ਭਰਾ ਸੀ ਬਾਬਾ ਧੀਰਮਲ ਜਦੋਂ ਗੁਰੂ ਹਰ राय ਮਹਾਰਾਜ ਜੀ ਦੇ ਪਿਤਾ ਜੀ ਤੇ ਥੋੜੇ ਜੇ ਮਹਾਰਾਜ ਨਾਰਾਜ ਹੋਏ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਸੁਪੁੱਤਰ ਤੇ ਤੁਸੀਂ ਪਹਾੜੀਆਂ ਦੀ ਗਊ ਜਿਉਂਦੀ ਕਰਤੀ ਜਿਵੇਂ ਕਿ ਪਹਿਲਾਂ ਦੱਸਿਆ ਵੀ ਜਿਉਂਦੀ ਕਿਉਂ ਕੀਤੀ ਸੀ ਤੁਸੀਂ ਜਿਉਂਦੀ ਕਿਉਂ ਕੀਤੀ ਓ ਕੱਲ ਨੂੰ ਰਾਜਿਆਂ ਦੇ ਮਹਾਰਾਜਿਆਂ ਦੇ ਪੁੱਤਰ ਮਰਨਗੇ ਉਹ ਆ ਕੇ ਕਹਿਣਗੇ ਸਾਡੇ ਪੁੱਤਰ ਜਿਉਂਦੇ ਕਰੋ ਕਹਿੰਦੇ ਕਹਿੰਦੇ ਜਿਉਂਦੇ ਕਰੋਗੇ ਬਾਬਾ ਗੁਰਦਿੱਤਾ ਜੀ ਨੇ ਪਹਾੜੀ ਤੇ ਜਾ ਕੇ 쿠ਸਾ ਦਾਸਨ ਲਾ ਕੇ ਚਾਦਰਾਂ ਵਿਛਾ ਕੇ ਆਪਣਾ ਸਰੀਰ ਜਿਹੜਾ ਪਰਿत्याਗ ਕਰਦਾ ਸੀ ਆਪਣੀ ਜੋਤ ਉਹ ਸੱਚੇ ਅਕਾਲ ਪੁਰਖ ਵਿੱਚ ਜੋਤ ਮਲਾਤ ਬਾਦ ਵਿੱਚ ਸੇਵਾਦਾਰ ਨੇ ਆ ਕੇ ਵੇਖਿਆ ਸਰੀਰ ਛੱਡ ਗਿਆ ਹੁਣ ਪਿਤਾ ਦੀ ਜਿਹੜੀ ਅੰਤਮ ਕਿਰਿਆ ਕਰਮ ਹੈ ਉਹ ਵੱਡਾ ਪੁੱਤਰ ਕਰਦਾ ਹੈ ਗੁਰੂ ਹਰ ਰਾਏ ਮਹਾਰਾਜ ਦੇ ਵੱਡੇ ਭਰਾ ਸੀ ਧੀਰਮਲ ਬਾਬਾ ਗੁਰਦਿੱਤਾ ਜੀ ਦੇ ਵੱਡੇ ਸੁਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਦੇ ਵੱਡੇ ਪੁੱਤਰ ਸਨੇਹਾ ਭੇਜਿਆ ਧੀਰਮਲ ਨੂੰ ਵੀ ਇੱਕ ਕਿਰਿਆ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਭਾਗ ਲਿਆ ਪਾਠ ਵੀ ਹੋਵੇ। ਉਈਰਖਾ ਕਰਦਾ ਸੀ ਮਨ ਵਿੱਚ ਭਰਾ ਗੁਰੂ ਹਰ राय ਮਹਾਰਾਜ। ਉਹ ਨਹੀਂ ਆਇਆ। ਮਾਤਾ ਨੇ ਵੀ ਸਮਝਾਇਆ। ਬਾਬਾ ਗੁਰਦਿੱਤਾ ਜੀ ਦੇ ਮੈਲ ਜਿਹੜੇ ਸੀ ਗੁਰੂ ਹਰ राय ਮਾਰ ਦੀ ਮਾਤਾ ਮਾਤਾ ਨਤੀਜੇ ਨੇ ਵੀ ਸਮਝਾਇਆ ਪਰ ਨਹੀਂ ਆਇਆ। ਇਸ ਕਰਕੇ ਪਿਤਾ ਤੋਂ ਬਾਅਦ ਇੱਕ ਪੱਗ ਦੀ ਰਸਮ ਹੁੰਦੀ ਹੈ ਜੋ ਵੱਡੇ ਪੁੱਤਰ ਤੇ ਕੀਤੀ ਜਾਂਦੀ ਮਹਾਰਾਜ ਦੇ ਸਿੱਖਾਂ ਨੇ ਕਿਹਾ ਸੱਚਾ ਪਾਤਸ਼ਾਹ ਆਪ ਜੀ ਦਾ ਵੱਡਾ ਪੋਤਰਾ ਨਹੀਂ ਆਇਆ ਜਿਹੜੀ ਪੱਗ ਦੀ ਰਸਮ ਕਰਨੀ ਸੀ ਪਿਤਾ ਤੋਂ ਬਾਅਦ ਵੱਡੇ ਪੁੱਤਰ ਨੂੰ ਮਹਾਰਾਜ ਕਹਿੰਦੇ ਜੇ ਨਹੀਂ ਆਇਆ ਕੋਈ ਗੱਲ ਨਹੀਂ ਕਰਤਾਰਪੁਰ ਲੈ ਕੇ ਜਾਣਾ ਵੀ ਠੀਕ ਨਹੀਂ ਐਸ ਵਕਤ ਗੁਰੂ ਹਰ राय ਜੀ ਸਾਡੇ ਛੋਟੇ ਪੁੱਤਰੇ ਹਰ राय ਜੀ ਨੂੰ ਪੱਗ ਦਿੱਤੀ ਜਾਵੇ ਇਹਨਾਂ ਤੇ ਜ਼ਿੰਮੇਵਾਰੀ ਦਿੱਤੀ ਜਾਵੇ ਉਸ ਤੋਂ ਬਾਅਦ ਥੋੜੇ ਸਮੇਂ ਪਰੰਤ ਗੁਰਿਆਈ ਵੀ 6ਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥੀ ਵੀ ਕੱਲ ਨੂੰ ਵੱਡਾ ਪੁੱਤਰਾ ਰੋਸ ਕਰੇਗਾ ਆਪਣੇ ਹੱਥੀ ਆਪ ਕਹਿੰਦੇ ਨੇ ਇਹਨਾਂ ਨੂੰ ਗੁਰਿਆਈ ਦਾ ਤਿਲਕ ਲਾਇਆ ਜਾ ਬਾਬਾ ਬੁੱਢਾ ਜੀ ਤੋਂ ਬਾਅਦ ਗੁਰਤਾ ਗੱਦੀ ਦਾ ਤਿਲਕ ਉਹਨਾਂ ਦੀ ਸੰਤਾਨ ਲਾਂਦੀ ਰਹੀ ਹੈ ਉਹਨਾਂ ਦਾ ਪੁੱਤਰ ਭਾਨਾ ਭਾਨਾ ਸਿੱਖ ਸੀ 6ਵੇਂ ਪਾਤਸ਼ਾਹ ਮਹਾਰਾਜ ਦਾ ਮਾਰਕ ਕਹਿੰਦੇ ਇਹਨਾਂ ਨੂੰ ਤਿਲਕ ਲਾਓ ਤਿਲਕ ਲਾਇਆ ਨਾਰੀਅਲ ਰੱਖਿਆ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਮਹਾਰਾਜ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਦੇਖੋ ਉਸ ਵਕਤ ਸੁਪੁੱਤਰ ਵੀ ਸੀ ਗੁਰੂ ਤੇਗ ਬਹਾਦਰ ਉਸ ਵਕਤ ਸੁਪੁੱਤਰ ਵੀ ਸੀ ਬਾਬਾ ਸੂਰਜਮੱਲ ਵੀ ਸੀ ਪਰ ਉਹਨਾਂ ਨੂੰ ਕਿਸੇ ਨੇ ਨਹੀਂ ਦਿੱਤੀ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਹਰ ਰਾਏ ਮਹਾਰਾਜ ਤੇ ਸਾਧ ਸੰਗਤ ਜੀ ਉਹ ਗੁਰੂ ਹਰ ਰਾਏ ਮਹਾਰਾਜ ਅੱਜ ਪ੍ਰਕਾਸ਼ ਦਿਹਾੜਾ ਕਿਹ ਲੰਗੇ ਪਿਤਾ ਜੀ ਹੁਕਮ ਕੀ ਹੈ ਕਹਿੰਦੇ ਰੋਜ਼ ਅੰਮ੍ਰਿਤ ਵੇਲੇ ਸਵੈ ਸਰੂਪ ਵਿੱਚ ਮਗਨ ਹੋਣਾ ਹੈ ਸੰਗਤਾਂ ਨੂੰ ਉਪਦੇਸ਼ ਦੇਣਾ ਪੜਾ ਕਰਨਾ ਤਾਰਨਾ ਤੇ ਮਹਾਰਾਜ ਕੋਈ ਜੰਗ ਜੁਦ ਕਰਨਾ ਕਿਉਂਕਿ ਛੇਵੇਂ ਪਾਤਸ਼ਾਹ ਨੇ ਜੰਗ ਜੁਦ ਕੀਤੇ ਨੇ ਦਾਦੇ ਨੂੰ ਪੁੱਤਰਾ ਪੁੱਛਦਾ ਹੈ ਗੁਰੂ ਹਰ Rai ਜੰਗ ਵੀ ਕਰਨੇ ਨੇ ਮਹਾਰਾਜ ਕਹਿੰਦੇ ਤੁਸੀਂ ਜੰਗ ਨਹੀਂ ਕਰਨੇ ਤੁਸੀਂ ਜੁਦ ਨਹੀਂ ਕਰਨੇ ਮਹਾਰਾਜ ਜੇ ਕੋਈ ਚੜ ਕੇ ਆਇਆ ਕਰੇਗਾ ਕਹਿੰਦੇ ਜਿਵੇਂ ਬੱਦਲ ਦਾ ਧੂਆਂ ਹੁੰਦਾ ਹੈ ਰਾਹ 'ਚ ਹੀ ਉੱਡ ਜਾਇਆ ਕਰੇਗਾ ਇਹ ਘਰ ਦੇ ਚੜ ਕੇ ਕੋਈ ਨਹੀਂ ਆਇਆ ਕਰੇਗਾ ਇਹ ਅਸੀਂ ਵਰ ਦਿੰਨੇ ਆ ਜਿਹੜਾ ਚੜ ਕੇ ਆਉਂਦਾ ਸੀ ਰਾਹ ਵਿੱਚ ਹੀ ਉੱਡ ਜਾਂਦਾ ਸੀ ਭਾਵੇਂ 2200 ਸਵਾਰ ਮਹਾਰਾਜ ਦੇ ਨਾਲ ਸ਼ਸਤਰ ਧਾਰੀ ਰਹਿੰਦੇ ਸੀ ਗੁਰੂ ਹਰ राय ਮਹਾਰਾਜ ਬੜਾ ਕੋਮਲ ਦਿਲ ਸੀ ਮਹਾਰਾਜ ਬੜੇ ਪਰਪੁਕਾਰ ਕਰਦੇ ਮਹਾਰਾਜ ਸੱਚੇ ਪਾਤਸ਼ਾਹ દવાਖਾਨਾ ਖੋਲਤਾ ਫਰੀ ਦਵਾਈ ਰੋਗੀਆਂ ਵਾਸਤੇ ਬਿਮਾਰਾਂ ਵਾਸਤੇ ਇਲਾਜ ਫਰੀ ਕੀਤੇ ਜਾਂਦੇ ਜਿਹੜੀ ਦਵਾਈ ਗੁਰੂ ਹਰ राय ਮਹਾਰਾਜ ਦੇ દવાਖਾਨਾ ਵਿੱਚ ਮਿਲਦੀ ਕਿਤੋਂ ਨਹੀਂ ਦੁਨੀਆ ਪਰਚੇ ਵਿੱਚ ਉਸ ਵਕਤ ਦੀ ਸਰਕਾਰ ਦਾ ਪੁੱਤਰ ਵੀ ਬਿਮਾਰ ਹੋ ਗਿਆ ਸੀ ਦਵਾਈ ਕਿਤੋਂ ਨਾ ਮਿਲੀ ਹੋਈ ਤੇ ਵੱਡੇ ਵੱਡੇ ਜਿਹੜੇ ਸੀ ਵੈਦ ਹਕੀਮ ਉਹ ਕਹਿੰਦੇ ਇਹ ਦਵਾਈ ਗੁਰੂ ਹਰ राय ਦੇ દવાਖਾਨਾ ਵਿੱਚੋਂ ਮਿਲੇਗੀ ਇਸ ਕਰਕੇ ਬੜੇ ਪਰਪੁਕਾਰੀ ਸੀ ਧੰ ਗੁਰੂ ਹਰ राय ਮਹਾਰਾਜ ਬੜੇ ਕੋਮਲ ਹਿਰਦੇ ਦੇ ਸੀ ਤੇ ਬੜੇ ਦਇਆਵਾਨ ਸੀ ਮਹਾਰਾਜ ਬੜੇ ਛੇਤੀ ਦਿਆਲ ਹੋ ਜਾਂਦੇ ਸੀ ਕਿਰਪਾ ਕਰ ਦਿੰਦੇ ਸੀ ਸੰਗਤਾਂ ਦੇ ਉੱਤੇ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੋ ਆਪ ਜੀ ਨੇ ਗੁਰੂ ਹਰ राय ਮਹਾਰਾਜ ਦੇ ਪ੍ਰਕਾਸ਼ ਦੇ ਸਬੰਧ ਵਿੱਚ ਵਿਚਾਰਾਂ ਸਰਵਣ ਕੀਤੀਆਂ ਨੇ ਗੁਰੂ ਕੀ ਦੇਗ ਬਣ ਕੇ ਪਹੁੰਚ ਚੁੱਕੀ ਹੈ ਹੁਣ ਆਪਾਂ ਰਲ ਮਿਲ ਕੇ ਮਹਾਰਾਜ ਦੇ ਪ੍ਰਕਾਸ਼ ਦੀ ਜੋ ਅਰਦਾਸ ਬੇਨਤੀ ਕਰਾਂਗੇ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਬੇਅੰਤ ਬੇਅੰਤ ਵਧਾਈਆਂ ਹੋਣ ਗੁਰੂ ਹਰ राय ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ। RAM KALI MOHALLA 3 ਜਾਨੰਦਿਕੋ ਓੰਕਾਰ ਸਤਗੁਰੂ